ਬੇਸ਼ੱਕ ਕੋਈ ਅੱਤਵਾਦੀ ਕਹੀ ਜਾਵੇ ਵੱਖਵਾਦੀ ਕਹੀ ਜਾਵੇ ਅਸੀਂ ਉਦੋਂ ਹੀ ਉਹ ਤੇਜ਼ ਹੁੰਨੇ ਆ ਜਦੋਂ ਸਾਡੇ ਜਜ਼ਬਾਤਾਂ ਦੇ ਨਾਲ ਕੋਈ ਖੇਡਦਾ ਹੈ ਜਦੋਂ ਸਾਡੇ ਗੁਰੂ ਘਰਾਂ ਵੱਲ ਕੋਈ ਮਾੜੀ ਤੇ ਕਹਿੜੀ ਅੱਖ ਲੈ ਕੇ ਆਉਂਦਾ ਉਦੋਂ ਅਸੀਂ ਫਿਰ ਭਾਵਕ ਹੁੰਨੇ ਆ ਕਿਉਂ ਇਹ ਦਾਤ ਵੀ ਸਾਨੂੰ ਸਾਡੇ ਗੁਰੂ ਨੇ ਬਖਸ਼ੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸਿੱਖਾਂ ਦਾ ਦਿਲ ਹੈ ਤੇ ਜਦੋਂ ਸਿੱਖਾਂ ਦੇ ਦਿਲ ਦੇ ਉੱਤੇ ਕੋਈ ਪੈਰ ਧਰਨ ਦਾ ਯਤਨ ਕਰੂਗਾ ਉਹ ਜ਼ਿੰਦਗੀ ਜਿਉਣ ਦਾ ਸੁਪਨਾ ਨਹੀਂ ਵੇਖ ਸਕਦਾ ਚਾਹੇ ਉਹ ਅਬਦਾਲੀ ਹੈ ਚਾਹੇ ਉਹ ਮੱਸਾ ਰੰਗੜ ਹੈ ਚਾਹੇ ਉਹ ਇੰਦਰਾ ਗਾਂਧੀ ਹੈ ਤੇ ਚਾਹੇ ਕੋਈ ਆਮ ਇਨਸਾਨ ਹੈ ਜੀਨੇ ਸਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਹਿੱਕ ਦੇ ਉੱਤੇ ਪੈਰ ਧਰਨ ਦਾ ਸੋਚ ਲਿਆ ਉਹ ਜ਼ਿੰਦਗੀ ਜਿਉਣ ਦਾ ਸੁਪਨਾ ਕਦੇ ਦੇਖ ਨਹੀਂ ਸਕਦਾ ਹੈ ਇਹ ਸਾਡੀ ਵਿਰਾਸਤ ਹੈ